ਸੋ ਹਰੀ ਮਿਰਚ ਲਾਲ ਮਿਰਚ ਚਾ ਕੌਫੀ ਮਠਿਆਈਆਂ ਤੇ ਤਲੀਆਂ ਚੀਜ਼ਾਂ ਬਿਲਕੁਲ ਬੰਦ ਅੱਧਾ ਮਸਲਾ ਤੇ ਤੁਹਾਡਾ ਇੱਥੇ ਹੀ ਹੱਲ ਹੈ ਫਿਰ ਡਾਕਟਰ ਕੋਲ ਜਾਣ ਦੀ ਜ਼ਰੂਰਤ ਕੋਈ ਨਹੀਂ ਡਾਕਟਰ ਕੋਲ ਤੁਸੀਂ ਸਾਰੀਆਂ ਡਾਕਟਰ ਦੀ ਬਦਨਾਮੀ ਹੋ ਜਾਂਦੀ ਹੈ ਭਈ ਤੁਹਾਡੀ ਆਪਣਾ ਕਸੂਰ ਹੈ ਬਦਨਾਮੀ ਡਾਕਟਰ ਦੀ ਹੋਈ ਜਾਂਦੀ ਹੈ ਦਵਾਈਆਂ ਦੀ ਬਦਨਾਮੀ ਹੋਈ ਜਾਂਦੀ ਹੈ ਕੰਪਨੀਆਂ ਨੇ ਏਡੀ ਮਿਹਨਤ ਸਰਚ ਰਿਸਰਚ ਕਰਕੇ ਦਵਾਈਆਂ ਬਣਾਈਆਂ ਤੁਹਾਡੇ ਤੇ ਉਹ ਕੰਮ ਹੀ ਨਹੀਂ ਕਰਦੀਆਂ ਭਈ ਕਸੂਰ ਤੁਹਾਡਾ ਹੈ ਦਵਾਈ ਠੀਕ ਹੈ ਪਰ ਦਵਾਈ ਕੋਲ ਡਾਕਟਰ ਕੋਲ ਜਾਣਾ ਹੀ ਨਾ ਪਵੇ ਇਹ ਕੰਮ ਕਿਉਂ ਨਾ ਕਰੀਏ ਸੀ ਸੋ ਇਸ ਕਰਕੇ ਕੁਛ ਇਹ ਜਿਨ੍ਹਾਂ ਨੇ ਤਜ਼ਾਬ ਬਣਾਉਣਾ ਆ ਉਹਨੂੰ ਵਿਡਰਾ ਕਰ ਲਓ ਇੱਕ ਮੈਂ ਖਾਣ ਪੀਣ ਦੇ ਦਰਮਿਆਨ ਜਾਂਚ ਵੀ ਦੱਸ ਦੇਣਾ ਕਿ ਜਾਂਚ ਹੀ ਨਹੀਂ ਸਾਨੂੰ ਖਾਣ ਪੀਣ ਦੀ ਵੈਸੇ ਤੇ ਹੱਸਣ ਵਾਲੀ ਗੱਲ ਹੈ ਕਿ ਇਹਦੇ ਚ ਖਾਣ ਪੀਣ ਚ ਜਾਂਚ ਵਾਲੀ ਕਿਹੜੀ ਗੱਲ ਹੁੰਦੀ ਹੈ ਇਹ ਤਾਂ ਹਰ ਕੋਈ ਜਾਣਦਾ ਪਰ ਜਾਂਚ ਸਾਨੂੰ ਇਹ ਨਹੀਂ ਉਹ ਜਾਂਚ ਕਿਹੜੀ ਹੈ ਉਹ ਮੈਂ ਤੁਹਾਨੂੰ ਚਾਰ ਪੰਜ ਸਿਧਾਂਤ ਦੱਸ ਦਿੰਦਾ ਹੈ ਤਜ਼ਾਬੀ ਮਾਦੇ ਵਾਲਿਆਂ ਨੂੰ ਗੈਸ ਵਾਲਿਆਂ ਨੂੰ ਪੇਟ ਦੇ ਵਿੱਚ ਅਫਾਰਾ ਹੁੰਦਾ ਪੇਟ ਸਾਫ਼ ਨਹੀਂ ਹੁੰਦਾ ਤਿੰਨ ਚਾਰ ਵਾਰੀ ਸਵੇਰੇ ਟਾਇਲਟ ਜਾਣਾ ਪੈਂਦਾ ਉਹਨਾਂ ਨੇ ਕੀ ਕਰਨਾ ਭਈ ਭੁੱਖ ਲੱਗੇ ਤੇ ਖਾਓ ਨਹੀਂ ਤੇ ਨਾ ਖਾਓ ਇੱਕ ਖਾਣੇ ਤੇ ਦੂਸਰੇ ਖਾਣੇ ਦੇ ਦਰਮਿਆਨ 5 ਘੰਟੇ ਦਾ ਵਕਫਾ ਇਨ ਬਿਟਵੀਨ ਪਾਣੀ ਪੀ ਸਕਦੇ ਹੋ ਠੰਡਾ ਦੁੱਧ ਪੀ ਸਕਦੇ ਹੋ ਹਲਕੀ ਜੀ ਬਰੂ ਕੀਤੀ ਚਾਹ ਪੀ ਸਕਦੇ ਹੋ ਫਰੂਟ ਖਾ ਸਕਦੇ ਹੋ ਸੈਲਡਸ ਖਾ ਸਕਦੇ ਹੋ ਲੇਕਿਨ ਪੂਜੀਆਂ ਕੁਕੀ ਡਰਾਈ ਫਰੂਟਸ ਇਹ ਨਾ ਲਓ ਉਹ ਜਿਨ੍ਹਾਂ ਦਾ ਤਜ਼ਾਬ ਬਣਦਾ ਖਾਣੇ ਦੇ ਦਰਮਿਆਨ ਪਾਣੀ ਨਾ ਪੀਓ 40 ਮਿੰਟ ਬਾਅਦ ਚ ਪੀਓ ਦੁਪਹਿਰ ਦਾ ਖਾਣਾ ਖਾ ਕੇ ਕਦੇ ਲੇਟਣਾ ਨਹੀਂ ਰਾਤ ਦਾ ਖਾਣਾ ਖਾ ਕੇ ਤੁਸੀਂ ਸੈਰ ਕਰੋ ਦੁਪਹਿਰ ਦਾ ਖਾਣਾ ਖਾ ਕੇ ਮਾਫੀ ਚਾਹੁੰਦਾ ਦੁਪਹਿਰ ਦਾ ਖਾਣਾ ਖਾ ਕੇ ਲੇਟ ਸਕਦੇ ਹੋ ਰਾਤ ਦਾ ਖਾਣਾ ਖਾ ਕੇ ਲੇਟਣਾ ਅਲਾਉਡ ਨਹੀਂ ਹੈ 40 ਮਿੰਟ ਤੱਕ ਸੈਰ ਕਰੋ ਮੌਸਮ ਨਹੀਂ ਠੀਕ ਤੇ ਕੁਰਸੀ ਤੇ ਡਾਈਨਿੰਗ ਚੇਅਰ ਤੇ ਆਰਾਮ ਨਾਲ ਬੈਠੇ ਰਹੋ ਇੰਨਾ ਕੰਮ ਤੁਸੀਂ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਮੈਂ ਉਹ ਜਿਹੜਾ 15 ਚੀਜ਼ਾਂ ਵਾਲਾ ਫਾਰਮੂਲਾ ਦੱਸਿਆ ਉਹ ਕੱਲਾ ਤਜ਼ਾਬ ਵਾਸਤੇ ਨਹੀਂ ਜਦੋਂ ਮੈਂ 36 ਪਦਾਰਥਾਂ ਦੀ ਸੰਪੂਰਨ ਭੋਜਨ ਦੀ ਗੱਲ ਕਰਦਾ ਤੇ ਉਸ ਵੇਲੇ ਉਹ ਸਾਰੀਆਂ ਤੁਹਾਡੀਆਂ ਡੈਫੀਸ਼ੀਐਂਸੀ ਸਿੰਡਰਮਸ ਨੇ ਜਿਹੜੇ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਜੇ ਤੁਸੀਂ ਕੱਲਾ ਇਹ ਚੂਰਣ ਹੀ ਖਾਣਾ ਸ਼ੁਰੂ ਕਰ ਦੋ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਆਪਣੇ ਆਪ ਵਿੱਚ ਇਲਾਜ ਇੱਕ ਟੋਨਿਕ ਆ ਛੋਟੇ ਜਿਹੇ ਬੱਚੇ ਤੋਂ ਵੀ ਸ਼ੁਰੂ ਕਰ ਦੋ 80 ਸਾਲ ਦੇ ਬਜ਼ੁਰਗ ਤੱਕ ਕੋਈ ਮਨਾਹੀ ਨਹੀਂ ਉਹ 15 ਚੀਜ਼ਾਂ ਵਾਲਾ ਫਾਰਮੂਲਾ ਉਹਦੀ ਜ਼ਰੂਰ ਵਰਤੋਂ ਕਰੋ ਇੱਕ ਕਾਲਰ ਸਾਡੇ ਕੋਲ ਹੋਰ ਸ਼ਾਮਲ ਨੇ ਜੀ ਆਇਆਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਪ੍ਰੋਡਕਟਾਂ ਵਿੱਚ ਹੋਰ ਸ਼ਾਮਲ ਨੇ ਗੱਲ ਕਰੋ ਜੀ ਆਪਣੇ ਟੀਵੀ ਦੀ ਆਵਾਜ਼ ਬੰਦ ਕਰਕੇ ਫੋਨ ਤੇ ਗੱਲ ਕਰੋ ਜੀ ਹੈਲੋ ਜੀ ਵੈਗੁਰਜੀ ਦਾ ਖਾਸਾ ਵੈਗੁਰਜੀ ਕੀ ਫਤ ਹੈ ਜੀ ਮੈਂ ਪੁੱਛਣਾ ਸੀ ਮੇਰਾ ਦੋਤਾ ਆ ਜੀ ਤੇ 10 ਸਾਲ ਦਾ ਆ ਉਹਦੀ ਨਕਸੀਰ ਬਹੁਤ ਫੁੱਟਦੀ ਆ ਜੀ ਜੀ ਹਾਂਜੀ ਇਹਦਾ ਕੋਈ ਇਲਾਜ ਦੱਸੋ ਆ ਖੁਸ਼ਕ ਕਲਾਈਮੈਟਿਕ ਕੰਡੀਸ਼ਨਸ ਤੋਂ ਔਰ ਖੁਸ਼ਕ ਕਿਸਮ ਦੇ ਫੂਡ ਤੋਂ ਬਚਾ ਕੇ ਕਰਕੇ ਰੱਖਣਾ ਇਕ ਕੋਈ ਕੰਮ ਕਰ ਲਓ ਬਹੁਤਾ ਕੋਈ ਨਹੀਂ ਬਾਦਾਮ ਰੋਗਨ 10 ਸਾਲ ਦਾ ਬੱਚਾ ਹੈ ਬਹੁਤ ਵਧੀਆ ਉਹਨੂੰ ਇੱਕ ਦੋ ਵਾਰੀ ਜਰਾਕ ਥੋੜੀ ਜੀ ਇਰਿਟੇਸ਼ਨ ਹੋਏਗੀ ਬਾਦਾਮ ਰੋਗਨ ਉਹਨੂੰ ਦੋਨੋਂ ਉਹ ਨਾਸਟਿਲਸ ਦੇ ਵਿੱਚ ਇੱਕ ਇੱਕ ਦੋ ਦੋ ਡਰਾਪ ਦਿਨ ਚ ਤਿੰਨ ਚਾਰ ਵਾਰੀ ਪਾਓ ਨੱਕ ਦੇ ਵਿੱਚ ਪਹਿਲਾਂ ਥੋੜੀ ਜੀ ਇਰਿਟੇਸ਼ਨ ਕਰੇਗਾ ਥੋੜਾ ਜਿਹਾ ਉਹ ਬੁਰਾ ਮਨਾਏਗਾ ਲੇਕਿਨ ਉਹ ਜਾਚ ਸਿੱਖ ਜਾਏਗਾ ਫਿਰ ਉਹਦੀ ਕੰਡੀਸ਼ਨਿੰਗ ਹੋ ਜਾਏਗੀ ਉਹ ਪਾਓ ਕਿਉਂਕਿ ਖਾਸ ਕਿਸਮ ਦਾ ਜਦੋਂ ਅਸੀਂ 에어 ਕੰਡੀਸ਼ਨ ਲਾਉਂਦੇ ਆ ਤਾਂ ਵੀ ਖੁਸ਼ਕੀ ਹੈ ਜੇ ਅਸੀਂ ਹੀਟਰ ਲਾਉਨੇ ਆ ਤਾਂ ਵੀ ਖੁਸ਼ਕੀ ਆ ਜੇ ਬਾਹਰ ਨਿਕਲ ਕੇ ਠੰਡ ਆ ਤਾਂ ਵੀ ਖੁਸ਼ਕੀ ਆ ਖੁਸ਼ਕੀ ਕਰਕੇ ਉਹਦੀਆਂ ਜਿਹੜੇ ਨਾਸਟ੍ਰਲਸ ਦੇ ਅੰਦਰ ਸਾਡਾ ਬਲੱਡ ਵੈਸਲਸ ਨੇ ਉਹ ਜਿਹੜੀਆਂ ਕੰਸਟ੍ਰਿਕਸ਼ਨ ਹੋ ਜਾਂਦੀ ਹੈ ਉਹਦੇ ਕਰਕੇ ਖੂਨ ਨਹੀਂ ਨਿਕਲਦਾ ਫਟਦੀਆਂ ਨੇ ਕ੍ਰੈਕ ਹੁੰਦੀਆਂ ਨੇ ਉੱਥੇ ਅਸੀਂ ਥੋੜੀ ਜਿਹਾ ਮੋਇਸਚਰ ਦੇ ਦਈਏ ਥੋੜੀ ਜਿਹੀ ਤੰਦਾਈ ਦੇ ਦਈਏ ਤੇ ਇਸ ਮਸਲੇ ਤੋਂ ਅਸੀਂ ਨਜਾਤ پا ਸਕਦੇ ਹਾਂ ਉਦਾਂ ਜੀ ਡੇਂਜਰਸ ਤਾਂ ਨਹੀਂ ਨਹੀਂ ਬਿਲਕੁਲ ਡੇਂਜਰਸ ਨਹੀਂ ਜੀ ਅਮਰਿਤ ਦੀ ਤਰ੍ਹਾਂ ਕੰਮ ਕਰਦਾ ਅੱਛਾ ਜੀ ਥੈਂਕ ਯੂ ਵੈਰੀ ਮੱਚ ਜੀ ਸੋ ਅਸੀਂ ਗੱਲ ਕਰ ਰਹੇ ਸੀਗੇ ਕਿ ਜਿੱਥੇ ਕਿਤੇ ਕੌਨਸਟਿਪੇਸ਼ਨ ਦੀ ਗੱਲ ਹੈ ਪਾਣੀ ਜ਼ਿਆਦਾ ਪੀਓ ਪੰਜ ਚੀਜ਼ਾਂ ਵਾਲਾ ਫਾਰਮੂਲਾ ਮੈਂ ਦੱਸਣਾ ਚਾਹੁੰਦਾ ਹਾਂ ਕਿਉਂਕਿ ਸ਼ੁਰੂ ਚ ਅਸੀਂ ਗੱਲ ਉੱਥੋਂ ਸ਼ੁਰੂ ਕੀਤੀ ਸੀ ਕਿ ਕਬਜ਼ ਹੈ ਜਿਹੜੇ ਉਹ ਸਾਡੇ ਬਜ਼ੁਰਗਾਂ ਵਾਸਤੇ ਆ ਜਾਂ ਜਿਹੜੇ ਅੰਗਰੇਜ਼ੀ ਦਵਾਈਆਂ ਕਾਫੀ ਸਰੀਆਂ ਖਾਂਦੇ ਆ ਪੰਜ ਛੇ ਬਿਮਾਰੀਆਂ ਔਰ ਲਾਈਫ ਲੌਂਗ ਖਾਣੀਆਂ ਪੈਣੀਆਂ ਆ ਉੱਥੇ ਸਾਨੂੰ ਕੌਨਸਟਿਪੇਸ਼ਨ ਹੋ ਜਾਂਦੀ ਹੈ ਉਹ ਫਾਰਮੂਲਾ ਨੋਟ ਕਰ ਲਓ ਉਦੇ ਵਿੱਚ ਮੁਲਠੀ ਹੈ ਸੌਫ ਹੈ ਛੋਟੀਆਂ ਹਰੜਾ ਤੇ ਗੁਲਾਬ ਪੱਤੀ ਹੈ ਚਾਰ ਚੀਜ਼ਾਂ ਸੰਪਾਗ ਲੈਣੀਆਂ ਇਕੋ ਜਿਹੀਆਂ ਲੈਣੀਆਂ ਸੌਫ ਮੁਲਠੀ ਛੋਟੀਆਂ ਹਰੜਾ ਤੇ ਗੁਲਾਬ ਪੱਤੀ ਚਾਰ ਚੀਜ਼ਾਂ ਇਕੋ ਜਿਹੀਆਂ ਲੈ ਲਓ ਪੰਜਵੀਂ ਚੀਜ਼ ਇਹਦੇ ਚ ਹੈ ਕਿ ਆ ਸਰਨਾਏ ਸਰਨਾਇ ਤੋਂ ਬਾਅਦ ਮੈਂ ਬਾਅਦ ਚ ਦੱਸਦੇ ਸਾਡੇ ਕੋਲ ਇੱਕ ਕਾਲਰ ਸ਼ਾਮਲ ਹੋ ਰਹੇ ਨੇ ਜੀ ਆਇਆਂ ਨੂੰ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਬਾਅਦ ਮੈਂ ਬਾਅਦ ਦੱਸਦੇ ਸਾਡੇ ਕੋਲ ਇੱਕ ਕਾਲਰ ਸ਼ਾਮਲ ਹੋ ਰਹੇ ਨੇ ਮਿਹਰਬਾਨੀ ਕਰਕੇ ਆਪਣੇ ਟੀਵੀ ਦੀ ਆਵਾਜ਼ ਹਲਕੀ ਕਰੋ ਜੀ ਟੈਲੀਫੋਨ ਤੇ ਗੱਲ ਕਰੋ ਹਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਡਾਕਟਰ ਸਾਹਿਬ ਜੀ ਮਿਹਰਬਾਨੀ ਕਰਕੇ ਆਪਣੇ ਟੀਵੀ ਦੀ ਆਵਾਜ਼ ਹਲਕੀ ਕਰੋ ਜੀ ਹਾਂ ਜੀ ਫੋਨ ਤੇ ਗੱਲ ਕਰੋ ਹਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰੋਗਨ ਹਾਂਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਸੀਗਾ ਦੋ ਪੁੱਛੋ ਜੀ ਮੇਰੀ ਵਾਈਫ ਹੈ ਉਹਨੂੰ ਜਨੇਊ ਨਿਕਲਿਆ ਸੀ ਹੈਲੋ ਹਾਂਜੀ ਹਾਂਜੀ ਮੈਂ ਸੁਣ ਰਿਹਾ ਉਹ ਜਨੇਊ ਜਿਹੜਾ 5-7 ਸਾਲ ਹੋ ਗਏ ਅੰਦਰ ਪੈ ਗਿਆ ਆ ਉਹ ਨੂੰ ਚੈਨ ਨਹੀਂ ਆਉਂਦੀ ਰਾਤ ਨੂੰ ਵੀ ਖੁਜਲੀ ਲੱਗੀ ਰਹਿੰਦੀ ਆ ਗਰਮੀ ਹੁੰਦੀ ਆ ਬਹੁਤ ਉਹਦਾ ਕੋਈ ਆਪਾਂ ਦੱਸੀਏ ਜੇ ਮੈਂ ਟੀਵੀ ਦੇ ਉੱਤੇ ਇਹ ਗੱਲ ਕਰਾਂ ਕਿ ਤੁਹਾਡੇ ਲਈ ਬੜਾ ਔਖਾ ਕੰਮ ਹੈ ਈਵਨ ਅਸੀਂ ਜਦੋਂ ਇਲਾਜ ਕਰਦੇ ਹਾਂ ਸਾਡੇ ਲਈ ਔਖਾ ਕੰਮ ਪੈਂਦਾ ਹੈ ਬਹੁਤ ਮਹਿੰਗਾ ਤੇ ਔਖਾ ਇਲਾਜ ਹੈ ਹਾਂਜੀ ਇਹ ਗੱਲ ਮੇਰੇ ਇੱਥੇ ਕਹਿਣ ਵਾਲੀ ਹੈ ਨਹੀਂ ਪਰ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਪਰ ਤੁਸੀਂ ਆਪਣੇ ਘਰੋਂ ਕੀ ਕਰਨਾ ਕੁਝ ਨਹੀਂ ਕੋਕੋਨਟ ਦਾ ਆਇਲ ਜਿਹੜਾ ਆ ਉਹਦੀ ਐਪਲੀਕੇਸ਼ਨ ਦਿਨ ਚ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਕਰੋ ਉਹਦੇ ਤੋਂ ਜਿੰਨਾ ਰਿਲੀਫ ਮਿਲਦਾ ਬਾਕੀ ਇਹ ਬਹੁਤ ਹਾਈਪਰ ਸੈਂਸਿਟੀਵਿਟੀ ਹੋ ਜਾਂਦੀ ਹੈ ਜਨੇਊ ਵਾਲੀ ਉੱਥੇ ਸਾਡੇ ਨਰਵ ਐਂਡਿੰਗਸ ਨੇ ਇੰਨੇ ਸੈਂਸਿਟਿਵ ਹੋ ਜਾਂਦੇ ਆ ਕਿ ਪੱਖਾ ਚੱਲਦਾ ਹੋਵੇ ਉਹ ਵੀ ਬਰਦਾਸ਼ਤ ਨਹੀਂ ਹੁੰਦਾ ਕੋਈ ਨਾਲ ਲੱਗ ਜਾਏ ਕੁਝ ਬਰਦਾਸ਼ਤ ਹੁੰਦਾ ਨਹੀਂ ਇਹ ਹਾਈ ਕੈਲੀਬਰ ਮੈਡੀਸਨਸ ਦੀ ਇੱਥੇ ਵਰਤੋਂ ਹੁੰਦੀ ਹੈ ਉਹਦੇ ਬਾਰੇ ਮੈਂ ਤੁਸੀਂ ਵੱਖਰੀ ਮੇਰੇ ਨਾਲ ਗੱਲ ਕਰ ਲੋਗੇ ਅਲੱਗ ਗੱਲ ਹੈ ਫਿਲਹਾਲ ਤੁਸੀਂ ਕੋਕੋਨਟ ਦਾ ਆਇਲ ਉਹ ਤੇ ਐਪਲੀਕੇਸ਼ਨ ਦੇ ਤੁਸੀਂ ਤੇ ਕੱਲ੍ਹ ਚਲੇ ਜਾਣਾ ਡਾਕਟਰ ਸਾਹਿਬ ਮੈਂ ਦੁਨੀਆ ਤੇ ਹਾਜ਼ਰ ਹਾਂ ਜੀ ਇੱਥੋਂ ਕੁਝ ਨਹੀਂ ਇੱਥੋਂ 6000 ਕਿਲੋਮੀਟਰ ਦੂਰ ਮੈਂ ਅੰਮ੍ਰਿਤਸਰ 'ਚ ਬੈਠਾ ਹਾਂ ਜੀ ਨੰਬਰ ਤੁਹਾਡੇ ਕੋਲ ਹੈਗਾ ਐ ਸਿੱਖ ਚੈਨਲ ਤੇ ਅਵੇਲੇਬਲ ਹੈ ਅਸੀਂ ਜਦੋਂ ਮਰਜ਼ੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜਦੋਂ ਦੂਸਰੀ ਗੱਲ ਡਾਕਟਰ ਸਾਹਿਬ ਜੀ ਮੈਨੂੰ ਖਾਂਸੀ ਵੀ ਜਾਂਦੀ ਹੈ ਬਹੁਤ 4-5 ਸਾਲ ਹੋ ਗਏ ਹਾਂ ਜੀ ਖਾਂਸੀ ਦੀ ਵੀ ਗੱਲ ਕਰਦੇ ਆ ਤੁਸੀਂ ਸੁਣੋ ఇన్ ਦੀ ਮੇਨ ਟਾਈਮ ਦੂਸਰੇ ਕੋਲਰ ਸਰਨਲ ਚ अहमद ਸ਼ਾਇਦ ਹੋ ਸਕਦਾ ਕਿ ਉਹਨਾਂ ਦਾ ਵੀ ਸਵਾਲ ਕੋਈ ਤੁਹਾਡੇ ਨਾਲ ਮਿਲਦਾ ਜਿਲਦਾ ਹੋਵੇ ਸੋ ਵੈਲਕਮ ਕਹਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਖਿਆਲ ਹੈ ਦੂਸਰੇ ਕਾਉਲਰ ਜਿਹੜੇ ਨੇ ਉਹ ਸਾਡੀ ਲਾਈਨ ਕਿਸੇ ਤਰੀਕੇ ਦੇ ਨਾਲ ਨਹੀਂ ਲੇਕਿਨ ਮੈਂ ਤੁਹਾਡੀ ਖਾਂਸੀ ਦਾ ਜਵਾਬ ਦੇ ਦਿਆਂ ਜੀ ਸੋ ਬਹੁਤ ਜ਼ਰੂਰੀ ਚੀਜ਼ ਇਹ ਆ ਕਿ ਖੱਟੀ ਚੀਜ਼ ਤਲੀ ਚੀਜ਼ ਹਰੀ ਮਿਰਚ ਲਾਲ ਮਿਰਚ ਵਿਡਰਾ ਕਰਕੇ ਰੱਖੀਏ ਦੂਸਰੀ ਗੱਲ ਇਹ ਆ ਕਿ ਜੇ ਪੇਟ ਦੇ ਵਿੱਚ ਤਜਾਬੀ ਮਾਦਾ ਹੋਵੇ ਤੇ ਜਦੋਂ ਤਜਾਬ ਆ ਕੇ ਬਰਨ ਕਰਦਾ ਉਹਦੀਆਂ ਫਿਊਮਜ਼ ਉੱਪਰ ਨਾ ਆਉਂਦੀਆਂ ਤੇ ਖਾਂਸੀ ਹੈ ਅਸੀਂ ਬਹੁਤ ਸਾਰੀਆਂ ਕਫ ਸਿਰਫ ਉਤੋਂ ਦੀ ਸੁੱਟੀ ਜਾਂਦੇ ਆ ਲੇਕਿਨ ਉਹ ਫਿਊਮਸ ਆਉਣੀਆਂ ਹਟਦੀਆਂ ਨਹੀਂ ਸੋ ਇਸ ਕਰਕੇ ਤਜ਼ਾਬ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ 15 ਚੀਜ਼ਾਂ ਵਾਲਾ ਫਾਰਮੂਲਾ ਮੈਂ ਦੱਸਿਆ ਉਹ ਤਜ਼ਾਬ ਦਾ ਪ੍ਰਬੰਧ ਕਰੋ ਐਟ ਰੂਟਸ ਨੂੰ ਠੀਕ ਕਰੀਏ ਖਾਂਸੀ ਆਪਣੇ ਆਪ ਚਲੀ ਜਾਣੀ ਹੈ ਖੱਟੀ ਚੀਜ਼ ਤਲੀ ਚੀਜ਼ ਹਰੀ ਮਿਰਚ ਲਾਲ ਮਿਰਚ ਕੇਲਾ ਤੇ ਚੌਲ ਇਹ ਚੀਜ਼ਾਂ ਦਾ ਪਰਹੇਜ਼ ਕਰਕੇ ਰੱਖੋ ਜੇ ਕਿਤੇ ਤੁਹਾਨੂੰ ਅੱਧਾ ਇੱਕ ਚਮਚ ਅਦਰਕ ਤੇ ਅੱਧਾ ਇੱਕ ਚਮਚ ਸ਼ਹਿਦ ਜਮਾ ਲਾ ਕੇ ਦਿਨ ਚ 3-4 ਵਾਰੀ ਲੈ ਲੈਣਾ ਚਾਹੀਦਾ ਹੈ ਉਹਦੇ ਨਾਲ ਸਾਨੂੰ ਬਹੁਤ ਵੱਡਾ ਰਿਲੀਫ ਮਿਲ ਜਾਂਦਾ ਜੀ ਸੋ ਮੈਂ ਵਾਪਸ ਆਉਣਾ ਹੈ ਕਿਉਂਕਿ ਬਜ਼ੁਰਗਾਂ ਦੀ ਜਦੋਂ ਗੱਲ ਕਰੀਏ ਤੇ ਬਜ਼ੁਰਗ ਤਾਂ ਵਿਚਾਰੇ ਪਿੱਛੇ ਰਹਿ ਜਾਂਦੇ ਆ ਜੀ ਕਬਜ਼ ਦੀ ਗੱਲ ਕਰ ਰਹੇ ਸੀ ਕਿ ਮੈਂ ਕਬਜ਼ ਦਾ ਫਾਰਮੂਲਾ ਇੱਕ ਵਾਰੀ ਦੁਬਾਰਾ ਫਿਰ ਨੋਟ ਕਰਾਉਣਾ ਚਾਰ ਚੀਜ਼ਾਂ ਸੰਪਾਗ ਲੈਣੀਆਂ ਜਿਹਦੇ ਵਿੱਚ ਤੁਹਾਡੇ ਕੋਲ ਮੁਲਠੀ ਹੈ ਸੌਫ ਹੈ ਗੁਲਾਬ ਪੱਤੀ ਆ ਛੋਟੀਆਂ ਹਰੜਾਣਾਂ ਸਰਨਾਏ ਦੇ ਪੱਤੇ ਜਿਹੜੇ ਆ ਉਹ ਡਬਲ ਲੈਣੇ ਆ ਜੇ ਚਾਰ ਚੀਜ਼ਾਂ ਤੁਸੀਂ 50-50 ਗ੍ਰਾਮ ਲੈ ਲਈਆਂ ਤੇ ਸਰਨਾਏ ਦੇ ਪੱਤੇ 100 ਗ੍ਰਾਮ ਲੈ ਲੈਣੇ ਆ ਔਰ ਉਹਦੇ ਵਿੱਚ 100 ਗ੍ਰਾਮ ਹੀ ਇਸ ਬਗੋਲ ਦਾ ਛਿਲਕਾ ਪਾ ਲੈਣਾ ਇੱਕ ਚਮਚ ਤੋਂ ਲੈ ਕੇ ਤਿੰਨ ਚਮਚ ਤੱਕ ਰਾਤੀ ਸੌਣ ਲੱਗਿਆ ਇਹਨੂੰ ਪਾਣੀ ਦੇ ਨਾਲ ਲੈ ਲਓ ਅਡਜਸਟਮੈਂਟ ਆਪ ਕਰਨੀ ਪੈਂਦੀ ਹੈ ਕਿਸੇ ਨੂੰ ਇੱਕ ਚਮਚ ਨਾਲ ਫਾਇਦਾ ਹੋਣਾ ਕਿਸੇ ਨੂੰ ਤਿੰਨ ਚਮਚ ਨਾਲ ਵੀ ਨਹੀਂ ਹੋਣਾ ਪਾਣੀ ਬਹੁਤ ਜ਼ਿਆਦਾ ਪੀਓ ਖਾਣੇ ਦੇ ਵਿੱਚ ਫਾਈਬਰ ਹੋਣਾ ਚਾਹੀਦਾ ਛਿਲਕਾ ਹੋਣਾ ਚਾਹੀਦਾ ਉਹਦੇ ਨਾਲ ਸਟੂਲ ਦੀ ਫਾਰਮੇਸ਼ਨ ਠੀਕ ਹੁੰਦੀ ਹੈ ਸਵੇਰੇ ਉੱਠ ਕੇ ਕੋਸ਼ਿਸ਼ ਕਰਿਆ ਕਰੋ ਕਿ ਇੱਕ ਗਰਮ ਗਲਾਸ ਪਾਣੀ ਦਾ ਲਓ ਦੋ ਚਮਚ ਵਿੱਚ ਨਿੰਬੂ ਦੇ ਪਾਓ ਇੱਕ ਅੱਧਾ ਚਮਚ ਸ਼ਹਿਦ ਦਾ ਪਾ ਲਓ ਜੇ ਡਾਇਬੀਟਿਕ ਉਤੇ ਬਿਲਕੁਲ ਨਾ ਪਾਓ ਉਹ ਵੀ ਬਹੁਤ ਚੰਗੀ ਸਫਾਈ ਕਰਦਾ ਸ਼ਹਿਦ ਜਿਹੜਾ ਆ ਉਹ ਮੋਇਸਚਰਾਈਜ਼ਿੰਗ ਇਫੈਕਟ ਰਹਾ ਹੁੰਦਾ ਤੇ ਨਿੰਬੂ ਜਿਹੜਾ ਆ ਉਹ ਬਹੁਤ ਸਾਰਾ ਮਲ ਹੈ ਜਿਹੜਾ ਸਾਡੀ ਐਂਟਸਟਾਈਨ ਦੇ ਵਿੱਚ ਜੰਮਿਆ ਹੁੰਦਾ ਉਹਨੂੰ ਕਿਊਰੇਟ ਕਰਕੇ ਲੈ ਜਾਂਦਾ ਹੈ ਸੋ ਇਹ ਬਜ਼ੁਰਗਾਂ ਦੀ ਜਿਹੜੀ ਕਬਜ਼ ਦੀ ਗੱਲ ਸੀਗੀ ਦੂਸਰੀ ਗੱਲ ਮੈਂ ਤੁਹਾਡ ਨਾਲ ਇਹ ਵੀ ਸਾਂਝੀ ਕਰਨੀ ਸੀ ਕਿ ਕਬਜ਼ ਤੇ ਫਲੈਚੂਲੈਂਸ 'ਚ ਕਈ ਵਾਰੀ ਬਹੁਤਾ ਫਰਕ ਨਹੀਂ ਆਉਂਦਾ ਮੇਰੇ ਖਿਆਲ 'ਚ ਸ਼ਾਇਦ ਕੋਈ ਕਾਲਰ ਨੇ ਸਾਨੂੰ ਔਰ ਸ਼ਾਇਦ ਡਿਸਕਨੈਕਟ ਹੋ ਗਿਆ ਮੈਂ ਆਪਣੀ ਗੱਲ ਜਾਰੀ ਰੱਖਦਾ ਫਲੈਚੂਲੈਂਸ ਫਲੈਚੂਲੈਂਸਸ ਨੂੰ ਕਹਿੰਦੇ ਆਮ ਸ਼ਬਦਾਂ ਦੇ ਵਿੱਚ ਅਸੀਂ ਉਹਨੂੰ ਕਬਜ਼ ਹੀ ਕਹਿ ਦਿੰਦੇ ਆ ਉਹ ਕਬਜ਼ ਨਹੀਂ ਹੁੰਦੀ ਉਹਦੇ ਨਾਲ ਇਹ ਆ ਕਿ ਸਵੇਰੇ ਤੁਸੀਂ ਜਦੋਂ ਟਾਇਲਟ ਜਾਂਦੇ ਹੋ ਅ 10 10 ਮਿੰਟ ਬਾਅਦ ਅੱਧੇ ਅੱਧੇ ਘੰਟੇ ਬਾਅਦ 2 3 4 ਵਾਰੀ ਜਾ ਰਹੇ ਹੋ ਫਿਰ ਕੰਮ ਤੇ ਚਲੇ ਜਾਂਦੇ ਹੋ ਸਾਰਾ ਦਿਨ ਮਾ ਪੇਟ ਸਾਫ਼ ਨਹੀਂ ਹੋਇਆ ਉਹਨੂੰ ਅਸੀਂ ਕਬਜ਼ ਨਹੀਂ ਕਹਿੰਦੇ ਉਹਨੂੰ ਅਸੀਂ ਫਲੇਚੂਲੈਂਸ ਕਹਿੰਦੇ ਆ ਫਲੇਚੂਲੈਂਸ ਤੁਹਾਡੇ ਨਹੀਂ ਹੋਣੀ ਚਾਹੀਦੀ ਜੇ ਉਹ ਮਲਿਆ ਜਿਹੜਾ ਜਿਹੜਾ ਤੁਹਾਡੇ ਕੋਲ ਵੇਸਟ ਸੀ ਵੈਕੂਇਟ ਹੋਣਾ ਚਾਹੀਦਾ ਸੀ ਬਾਹਰ ਜਾਣਾ ਚਾਹੀਦਾ ਸੀ ਉਹ 8 ਘੰਟੇ 10 ਘੰਟੇ ਤੁਹਾਡੇ ਅੰਦਰ ਰਹਿ ਗਿਆ ਤੇ ਦਿਸ ਇਜ਼ ਕਾਲਡ ਆਟੋ ਇਨਟੌਕਸੀਕੇਸ਼ਨ ਅਸੀਂ ਆਪਣੇ ਆਪ ਨੂੰ ਜ਼ਹਿਰ ਦੇ ਰਹੇ ਹਾਂ ਉਹ ਜ਼ਹਿਰ ਦਾ ਨਾਂ ਰੱਤੀਆਂ ਨਹੀਂ ਹੈਗਾ ਉਹ ਜ਼ਹਿਰ ਦਾ ਨਾਂ ਨੀਲਾ ਥੋਥਾ ਨਹੀਂ ਹੈਗਾ ਉਹ ਜ਼ਹਿਰ ਇਹ ਹੈ ਕਿ ਅਸੀਂ ਪੇਟ ਸਾਫ ਨਹੀਂ ਕੀਤਾ ਆਪਣਾ ਔਰ ਉਹਦੇ ਨਾਲ ਉਹ ਜਿਹੜੀਆਂ ਗੈਸਸ ਨੇ ਉਹਦੇ ਨਾਲ ਉਹ ਜਿਹੜੇ ਕੈਮੀਕਲਸ ਨੇ ਜਦੋਂ ਉਹ ਤੁਹਾਡੀ ਬਾਡੀ ਦੇ ਵਿੱਚ ਟਰੈਵਲ ਕਰਦੇ ਆ ਉਹ ਖਾਸ ਕਰਕੇ ਜਿਹੜੀਆਂ ਸੈਂਸਿਟਿਵਿਟੀਆਂ ਨੇ ਖਾਸ ਕਰਕੇ ਸਾਡਾ ਜਿਹੜਾ ਬ੍ਰੇਨ ਆ ਉਹ ਬਹੁਤ ਸੈਂਸਿਟਿਵ ਹੈ। ਔਰ ਉੱਥੇ ਸਾਨੂੰ ਫਿਰ ਕਦੀ ਅੱਧੇ ਸਿਰ ਦੀ ਦਰਦ ਕਦੀ ਪੂਰੇ ਸਿਰ ਦੀ ਦਰਦ ਆ ਉਹ ਸਾਨੂੰ ਬਹੁਤ ਪਰੇਸ਼ਾਨ ਕਰਦਾ ਹੈ। ਅ ਸ਼ਾਇਦ ਕੋਈ ਮੇਰੇ ਲਈ ਮੈਸੇਜ ਹੈ ਤੇ ਅਗਰ ਮੈਸੇਜ ਹੋਏ ਤਾਂ ਕਾਈਂਡਲੀ ਮੈਨੂੰ ਤੁਸੀਂ ਬੇਸ਼ੱਕ ਮੇਰੇ ਹਵਾਲੇ ਕਰ ਸਕਦੇ ਹੋ। ਤੁਹਾਡੀ ਤੁਹਾਡੀ ਮਿਹਰਬਾਨੀ ਹੈ। थोड़े एक एक सेकंड की मैं थोड़े को ब्रेक ले लैदा फिर मैं थोड़े न फ्लैचुलेंस की गल कर रहा कुछ इस तरह का मैसेज है कि चेकअप एट फाइव पीएम टुमारो सिक्स चैनल स्टूडियो शायद असी इत गल करांगे और आ, बुक योर अपॉइंटमेंट और टेलीफोन नंबर शायद मेरा जो यूके मिलिया जीरो सत्त सौ इकताली छब्बी छब्बी तीन सौ पंद्रह एक बार फिर दसदा है कि जीरो सैवन फोर वन टू सिक्स टू सिक्स थ्री वन फाइव सो इस नंबर पर फोन करके अपनी अपॉइंटमेंट तो बुक कर सकते हो सिक्स चैनल स्टूडियो से कल शाम मी 5 बजे वास्ते शुक्रिया मेहरबानी मैं फिर फ्लैचुलेंस पे वापस आना है फ्लैचुलेंस का मतलब मैं दस देता पेट साफ ना होना जब पेट साफ नहीं होता ओनु असी ऑटोइंटॉक्सिकेशन कहणे है ऑटोइंटॉक्सिकेशन का मतलब है कि असी अपने अंदर अपने शरीर नु आप नीला कर रहे है पॉइजन कर रहे है टॉक्सिक कर रहे है गंदला कर रहे है फिर अं प्रोग्राम करफिकेश करा रहे हैं जी मैं क्लीनजिंग डायट ले जी मैं ब्लैंड डायट लै रहा जी तो गंदला क्यों करते हो सो ये इनकी मेन टाइम सा कॉलर शामिल ने uh, जिया या कहने हैं जी करो गल जी करो जी ऑन ए रहे हो प्लीज गल करो जी खाली वागुरु जी की फतेह ਸਰ ਜੀ ਤਾਂ ਮੈਂ ਇੱਥੇ ਦੋ ਬੋਲਦਾ ਜੀ ਮੈਨੂੰ ਪਸ਼ਾਬ ਦੀ ਪ੍ਰੋਬਲਮ ਆ ਹਾਂਜੀ ਇਹ ਨਾ ਪਸ਼ਾਬ ਪਹਿਲਾਂ ਤਾਂ ਠੀਕ ਆਉਂਦਾ ਸੀ ਹੁਣ ਵੇ ਕਦੀ ਜਦੋਂ ਸਵੇਰੇ ਉੱਠਦਾ ਨਾ ਆਉਂਦਾ ਬਹੁਤ ਤੇਜ਼ ਆ ਤੇ ਆਉਂਦਾ ਥੋੜਾ ਜਿਹਾ ਹੁੰਦਾ ਜਿਵੇਂ ਵਿੱਚ ਹੀ ਨਿਕਲ ਜਾਣਾ ਹੁੰਦਾ ਹੂੰ ਹੂੰ ਤੇ ਕੰਟਰੋਲ ਨਹੀਂ ਦਦਾ ਵੇ ਮੈਂ ਚੈੱਕ ਵੀ ਕਰਾਇਆ ਪਰ ਕੋਈ ਫਰਕ ਕੋਈ ਨਹੀਂ ਪਿਆ ਠੀਕ ਹੈ ਜੀ ਉਹਦੇ ਬਾਰੇ ਦੱਸੋ ਕੀ ਕਰਨ ਜਾਏ ਦਵਾਈ ਜਾਂ ਕੋਈ ਹਾਂ ਦਵਾਈ ਆ ਤੂੰ ਆਪਾਂ ਬਚ ਜਾਈਏ ਤਾਂ ਚੰਗਾ ਆ ਮੈਨੂੰ ਡਾਕਟਰ ਹੋਣ ਦੇ ਨਾਤੇ professionl ਹੋਣ ਦੇ ਨਾਤੇ ਮੈਨੂੰ ਤੇ ਕਹਿਣਾ ਚਾਹੀਦਾ ਬਸ ਤੂੰ ਦਵਾਈਆਂ ਖਾਓ ਅਸੀਂ ਲੋਕ ਹੋਰ ਜ਼ਰਾ ਤਕੜੇ ਹੋ ਜਾਈਏ ਪਰ ਮੈਂ ਇਹ ਕਹਿਣਾ ਹੈ ਕਿ ਲੈਟਸ ਨਾਟ ਫਾਲ ਸਿਕ ਆਉ ਬਿਮਾਰ ਨਾ ਹੋਈਏ ਆਉ ਡਾਕਟਰ ਕੋਲ ਨਾ ਜਾਈਏ ਤੁਸੀਂ ਉਹ ਟੈਲੀਫੋਨ ਰੱਖ ਦੋ ਤੇ ਤੁਸੀਂ ਆਪਣੀ ਟੀਵੀ ਦੇ ਉੱਤੇ ਮੇਰੇ ਨਾਲ ਗੱਲਬਾਤ ਸੁਣੋ ਤੇ ਜ਼ਿਆਦਾ ਠੀਕ ਹੈ ਮੈਂ ਤੁਹਾਡਾ ਸਵਾਲ ਸੁਣ ਰਿਹਾ ਜਿੱਥੇ ਵੀ ਕਿਤੇ ਪ੍ਰੋਸਟੇਟ ਦੀ ਪ੍ਰੋਬਲਮ ਹੈ ਜਿੱਥੇ ਵੀ ਕਿਤੇ ਲੋਅਰ ਐਬਡੋਮਨ ਦੇ ਵਿੱਚ ਇਨਫਲਮੇਟਰੀ ਕੰਡੀਸ਼ਨਸ ਨੇ ਜਿੱਥੇ ਕਿਤੇ ਵੀ ਸਾਡਾ ਜਿਹੜਾ ਯੂਰਿਨਰੀ ਬਲੈਡਰ ਆ ਉਹਦੀ ਟਿਊਨ ਜਾਂ ਟੋਨ 'ਚ ਕੋਈ ਫਰਕ ਆ ਗਿਆ ਹੈ ਸਾਡੇ ਕੋਲ ਪਿਸ਼ਾਬ ਪੂਰੇ ਦਾ ਪੂਰਾ ਅਸੀਂ ਐਕਸਕਰੀਟ ਨਹੀਂ ਕਰ ਸਕਦੇ ਐ ਥੋੜਾ ਜਿਹਾ ਪਿਸ਼ਾਬ ਆਉਂਦਾ ਆ ਹੋ ਗਿਆ ਜੀ ਚਲੇ ਗਏ ਥੋੜੀ ਬਾਅਦ ਫੇਰ ਹਾਜ਼ਤ ਹੋਏਗੀ ਫੇਰ ਜਾਵਾਂਗੇ ਨਹੀਂ ਸਾਫ਼ ਹੋਇਆ ਫੇਰ ਜਾਵਾਂਗੇ ਇਹ ਪ੍ਰੋਬਲਮਸ ਆ ਜਾਂਦੀਆਂ ਜਾਂ ਤਾਂ ਪ੍ਰੋਸਟੇਟ ਵਧਿਆ ਹੋਵੇ ਜਾਂ ਕਿਸੇ ਵੇਲੇ ਉਸ ਏਰੀਏ ਦੀ ਇਨਫਲਮੇਟਰੀ ਕੰਡੀਸ਼ਨਸ ਹੁੰਦੀਆਂ ਸੂਜਨ ਹੁੰਦੀ ਹੈ ਤੇ ਜਾਂ ਫਿਰ ਕਈ ਵਾਰੀ ਸਾਡਾ ਜਿਹੜਾ ਯੂਰਿਨਰੀ ਬਲੈਡਰ ਹੈ ਉਹਦੀ ਕਿਸੇ ਵੇਲੇ ਜਿਹੜੀ ਟੋਨ ਹੈ ਜਾਂ ਟਿਊਨ ਹੈ ਉਹ ਉਹਦੇ ਚ ਗੜਬੜ ਹੋ ਜਾਂਦੀ ਹੈ ਸੋ ਇੱਥੇ ਸਾਡੇ ਕੋਲ ਪਰਹੇਜ਼ ਬੜੇ ਹੀ ਕੰਮ ਕਰਦੇ ਨੇ ਇਲਾਜ ਤਾਂ ਹੈਗੇ ਹੈਗੇ ਪਰਹੇਜ਼ ਬੜੇ ਕੰਮ ਕਰਦੇ ਆ ਪਹਿਲਾ ਪਰਹੇਜ਼ ਇਹ ਹੈ ਕਿ ਚਾਰ ਚੀਜ਼ਾਂ ਵਰਜਿਤ ਨੇ ਸ਼ਾਇਦ ਦੇਂ ਕੇਲਾ ਤੇ ਇੱਕ ਗਰੁੱਪ ਆ ਫਰੂਟਸ ਦਾ ਖਰਬੂਜ਼ਾ ਹਦਮਾਣਾ ਇਹਨਾਂ ਨੂੰ ਨੇੜੇ ਨਾ ਲੱਗਣ ਦਿਓ ਇਹਨਾਂ ਦਾ ਪਰਹੇਜ਼ ਕਰ ਲਓ ਅੱਧੀ ਪ੍ਰੋਬਲਮ ਤੁਹਾਡੀ ਉੱਥੇ ਹੱਲ ਹੋਣੀ ਹੈ ਲੇਕਿਨ ਜੇ ਕੋਈ ਇਹਦੇ ਪਿੱਛੇ ਹੋਰ ਲੁਕੀ ਹੋਈ ਪ੍ਰੋਬਲਮ ਆ ਤੇ ਫਿਰ ਸਾਨੂੰ ਕਾਫੀ ਸਾਰੇ ਸਵਾਲ ਕਰਨੇ ਪੈਣੇ ਆ ਉਸ ਤੋਂ ਬਾਅਦ ਉਹ ਨੰਬਰ ਤੁਹਾਡੇ ਕੋਲ ਹੋਵੇਗਾ ਜ਼ਰੂਰ ਮੇਰੇ ਨਾਲ ਬਾਅਦ ਚ ਗੱਲ ਕਰ ਲਿਓ ਇਨ ਦੀ ਮੇਨ ਟਾਈਮ ਅਸੀਂ ਇੱਕ ਹੋਰ ਕਾਲਰ ਸਾਡੇ ਨਾਲ ਸ਼ਾਮਤ ਨੇ ਜੀ ਆਇਆਂ ਕਹਿੰਦੇ ਆ ਜੀ ਤੁਹਾਨੂੰ ਕਰੋ ਗੱਲ ਤੁਹਾਡੇ ਕੋਲ ਹੋਣ ਦਾ ਜ਼ਰੂਰ ਦੇ ਨਾਲ ਬਾਤ ਚ ਗੱਲ ਕਰਨੇ ਜਿੰਕੀ ਮੀਨਤ ਹੈ ਇੱਕ ਟੀਵੀ ਦੀ ਆਵਾਜ਼ ਬੰਦ ਕਰੋ ਵੀਰ ਜੀ ਟੀਵੀ ਦੀ ਭੈਣ ਜੀ ਟੀਜ਼ੀ ਟੀਵੀ ਆਵਾਜ਼ ਬੰਦ ਕਰਕੇ ਮੇਰੇ ਨਾਲ ਫੋਨ ਤੇ ਗੱਲ ਕਰੋ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਜੀ ਗੁਰਖਮੰਦਲੀ ਬੋਲ ਰਾਂ ਜੀ ਹੁਕਮ ਕਰੋ ਦਰਸਤੋ ਇੱਕ ਪੁੱਛਣਾ ਸੀ ਕਿ ਮਾਈਗ੍ਰੇਸ਼ਨ ਵਾਲੇ ਦੱਸੋ ਕਿ ਮਾਈਗ੍ਰੇਸ਼ਨ ਦੀ ਪ੍ਰੋਬਲਮ ਮਾਈਗ੍ਰੇਨ ਨਹੀਂ ਮਾਈਗ੍ਰੇਸ਼ਨ ਦੀ ਤੇ ਬੜਾ ਵੱਡਾ ਮਸਲਾ ਆ ਉਹ ਤੇ ਅਸੀਂ ਹੱਲ ਕਰ ਹੀ ਰਹੇ ਆ ਸਾਰਾ ਹਿੰਦੁਸਤਾਨ ਹੀ ਮਾਈਗ੍ਰੇਸ਼ਨ ਨੂੰ ਤਿਆਰ ਹੈ ਇਹ ਮਾਈਗ੍ਰੇਨ ਹੁੰਦੀ ਹੈ ਜੀ ਮਾਈਗ੍ਰੇਨ